ਅੱਜ ਦਿਨ ਖੁਸ਼ੀਆਂ ਦਾ ਸੱਜਣਾ ਮੈਂ ਗੱਲ ਕਰਦਾ ਮੈਂ ਖੁਸ਼ ਹਾਂ ਗੱਲ ਆ ਕੇ ਮੌਕੇ ਨੀ ਮੈਂ ਖੁਸ਼ ਹਾਂ ਹਾਂ ਨਾ 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 ਮਤਲਬ ਹਾਂ ਹਾਂਜੀ ਵੈਲਕਮ ਬੈਕ ਗਾਇਸ ਕੀ ਹਾਲ ਚਾਲ ਆ ਸਾਰਿਆਂ ਦੇ ਹੋਪ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੈਂਟ ਹੋਵੋਗੇ ਘੈਂਟ ਜੇ ਵਲੋਗ ਵਿੱਚ ਸਾਰਿਆਂ ਦਾ ਸਵਾਗਤ ਆ ਬਾਈ ਅੱਜ ਦਾ ਵਲੋਗ ਬਾਈ ਬਹੁਤ ਹੀ ਇੰਟਰਸਟਿੰਗ ਤੇ ਬਹੁਤ ਹੀ ਅਲੱਗ ਹੋਣ ਵਾਲਾ ਕਿਉਂਕਿ ਅੱਜ ਦੇ ਵਲੋਗ ਵਿੱਚ ਤੁਹਾਡੀ ਭਾਬੀ ਮਤਲਬ ਅੱਜ ਦੇ ਵਲੋਗ ਵਿੱਚ ਨਹੀਂ ਕੱਲ੍ਹ ਦੇ ਵਲੋਗ ਵਿੱਚ ਜਾਣਗੇ ਅੱਜ ਦੇ ਵਲੋਗ ਵਿੱਚ ਆਪਾਂ ਜਸ ਸ਼ੋਪਿੰਗ ਵਗੈਰਾ ਕਰਨੀ ਆ ਮਾੜੀ ਮੋਟੀ ਜੋ ਵੀ ਰਹਿੰਦੀ ਆ ਕਿ ਤੁਹਾਡੀ ਬਾਈ ਭਾਬੀ ਜਿਹੜੀ ਉਹ ਚੱਲੀ ਆ ਪੇਕੇ ਅਤੇ ਆਪਾਂ ਪੂਰੇ ਵਲੋਗ ਵਿੱਚ ਦਿਖਾਉਣਾ ਵਾ ਹਾਂਜੀ ਹੈਂ ਮੈਂ ਕਹਿ ਰਿਹਾ ਜੀ ਅੱਜ ਦਾ ਜਿਹੜਾ ਵਲੋਗ ਆ ਬਹੁਤ ਹੀ ਜ਼ਿਆਦਾ ਘੈਂਟ ਅਤੇ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਵਾ ਮਤਲਬ ਉਦਾਸ ਹੋਣ ਵਾਲਾ ਵਾ ਸ਼ਾਮੇ ਆਜੂ ਮਤਲਬ ਕੀ ਕਹਿੰਦੇ ਹੁੰਦੇ ਇਹਨੂੰ ਸੂਰਜ ਤੋਂ ਸਾਈਡ ਹੋ ਜੂ ਹਾਂ ਮਤਲਬ ਮੇਰੇ ਪਰਛਾਵੇਂ 'ਚ ਆ ਜਾਓ ਤਾਂ ਕਰਕੇ ਤੁਹਾਨੂੰ ਤਾਂ ਆਪਣਾ ਲੱਗੇ ਮੈਂ ਇਹ ਕਹਿ ਰਿਹਾ ਸੀਗਾ ਮੈਂ ਕਿਹੜਾ ਅੱਧਾ ਵਲੋਗ ਆ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲਾ ਵਾ ਕਿਉਂਕਿ ਸ਼ੋਪਿੰਗ ਕਰ ਚੱਲੇ ਹਾਂ ਕਿਉਂਕਿ ਤੁਸੀਂ ਚੱਲੇ ਹੋ ਤਾਂ ਮੇਰੇ ਨਾਲ ਨਹੀਂ ਨਹੀਂ ਮੈਂ ਕਿੱਥੇ ਖੁਸ਼ ਹਾਂ ਮੈਂ ਕਿੱਥੇ ਖੁਸ਼ ਹਾਂ ਮੈਂ ਖੁਸ਼ ਲੱਗ ਰਿਹਾ ਹੈ ਖੁਸ਼ ਲੱਗ ਰਿਹਾ ਮੈਂ ਮੇਰਾ ਮੂੰਹ ਏਡਾ ਕੀ ਆ ਮੈਂ ਹਜੇ ਹੋਰ ਹੱਸਣਾ ਚਾਹੁੰਦਾ ਵਾ ਮਤਲਬ ਨਹੀਂ ਨਹੀਂ ਮੇਰਾ 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 ਮੂੰਹ ਕਹਿ ਰਿਹਾ ਵਾ ਕਿ ਤੂੰ ਹੱਸ ਪਰ ਮੇਰਾ ਦਿਲ ਨਹੀਂ ਕਹਿ ਰਿਹਾ ਤੂੰ ਹੱਸ ਪਰ ਇਹ ਹੈ ਹੁਣ ਇਹ ਚੀਜ਼ ਹੋ ਸਕਦੀ ਆ ਅੱਗੇ ਸੀਗਾ ਕਿ ਹਾਂ ਬਈ ਅੱਗੇ ਰਾਤ ਨੂੰ ਨਹੀਂ ਜਾ ਸਕਦੇ ਹੁਣ ਯਾਰਾਂ ਦੋਸਤਾਂ ਨਾਈਟ ਆਊਟ ਤੇ ਵੀ ਜਾ ਸਕਦੇ ਸਪੈਸ਼ਲੀ ਮੇਨ ਗੱਲ ਜਿਹੜੀ ਸਭ ਤੋਂ ਵੱਡੀ ਹੁੰਦੀ ਆ ਜਿਹ 'ਚ ਬੜਾ ਚੱਕਰ ਪੈਂਦਾ ਵਾ ਕਿ ਹਾਂ ਬਈ ਕਿਤੇ ਜਾ ਨਹੀਂ ਸਕਦੇ ਕਿ ਉਹ ਚੀਜ਼ ਤੋਂ ਹਾਂ ਕਹਿ ਸਕਦੇ ਆ ਆਜ਼ਾਦੀ ਮਿਲ ਗਈ ਆ ਖੁਸ਼ ਹਾਂਜੀ ਕੀ ਹੋ ਗਿਆ ਹੈ ਕਿੰਨੇ ਘੰਟੇ ਵਾਲੀ ਕਰੋ ਤੁਸੀਂ ਕਰਨੀ ਨਹੀਂ ਭਾਈ ਬੜਾ ਵਧੀਆ ਲੱਗ ਗਿਆ ਤੁਸੀਂ ਹਰੇਕ ਵਲੋਗ ਵਿੱਚ ਦੇਖਿਆ ਹੋਊਗਾ ਨਾ ਤੁਸੀਂ ਸਾਰੇ ਵਲੋਗ ਵਿੱਚ ਦੇਖਿਆ ਹੋਊਗਾ ਮੈਂ ਇੰਨਾ ਖੁਸ਼ ਨਹੀਂ ਰਿਹਾ ਹੋਊਗਾ ਪਰ ਆਧੇ ਵਲੋਗ ਵਿੱਚ ਦੇਖੋ ਮੈਂ ਕਿੰਨਾ ਖੁਸ਼ ਰਹੂੰਗਾ ਅਤੇ ਅਗਲੇ ਵਿੱਚ ਤੁਸੀਂ ਆਪ ਹੀ ਦੇਖੋਗੇ ਹੋਰ ਜ਼ਿਆਦਾ ਖੁਸ਼ ਰਹੂੰਗਾ ਅਗਲੇ ਵਿੱਚ ਦੇਖੋਗੇ ਹੋਰ ਜ਼ਿਆਦਾ ਖੁਸ਼ ਰਹੂੰਗਾ ਅੱਛਾ ਇੱਦਾਂ ਵੀ ਆ ਨਹੀਂ ਮੈਂ ਆਹ ਕਰਦਾ ਮੈਂ ਤਾਂ ਤੁਸੀਂ ਕਿਉਂ ਖੁਸ਼ ਹੋ ਤੁਸੀਂ ਚੱਲੇ ਹੋ ਤਾਂ ਉਹ ਗੱਲ ਦੱਸੋ ਮੈਂ ਤਾਂ ਘੁੰਮਣ ਚੱਲਿਆ ਨਹੀਂ ਹੁਣ ਮੈਂ ਦੂਰ ਘੁੰਮਣ ਜਾਊਂਗਾ ਨਾ ਤਾਂ ਅੱਗੇ ਵੀ ਗਏ ਸੀ ਤੁਸੀਂ ਬਾਈ ਸੱਚੀ ਗੱਲ ਆ ਹੁਣ ਜਿਹੜੇ ਟ੍ਰਿਪ ਆਉਣੇ ਆ ਬੜੇ ਹੀ ਘੈਂਟ ਤੇ ਬੜੇ ਹੀ ਜ਼ਬਰਦਸਤ ਆਉਣੇ ਆ ਤੇ ਬੜੇ ਹੀ ਟਾਈਮ ਬਾਅਦ ਆਉਣੇ ਆ ਮੇਰੇ ਹਿਸਾਬ ਨਾਲ ਤਾਂ ਮਹੀਨਾ ਵੀ ਨਹੀਂ ਹੋਇਆ ਗੋਆ ਗਏ ਹੁਣ ਤਾਂ ਹਾਂ ਤੁਸੀਂ ਇੱਥੇ ਸੀਗੇ ਹੈ ਉਹ ਨੇੜੇ ਦਾ ਹੀ ਸੀਗਾ ਉਹ ਤਾਂ ਬਸ ਜਸਟ 1200 ਕਿਲੋਮੀਟਰ 1300 ਕਿਲੋਮੀਟਰ ਸੀਗਾ ਹੈ ਨਾ ਹੋ ਮੈਂ ਇਦਾਂ ਨੂੰ ਕਿ ਤੁਸੀਂ ਮਲੇਸ਼ੀਆ ਨੂੰ ਨਿਕਲ ਚੁੱਕੇ ਇਹ ਵੀ ਗੱਲ ਆ ਮੈਂ ਇਹਨਾਂ ਨੂੰ ਅਸਲ ਧਮਕੀ ਇਹ ਦਿੰਦਾ ਵੀ ਮੈਂ ਕਿਹਾ ਜਦੋਂ ਬੰਬੇ ਜਾਵਾਂਗਾ ਮੈਂ ਮਲੇਸ਼ੀਆ ਚਲੇ ਜਾਣਾ ਘੁੰਮਣ ਕਿਉਂਕਿ ਮੇਰਾ ਖੁਦ ਦਾ ਦਿਲ ਕਰਦਾ ਜਿਹੜਾ ਮੈਂ ਕੋਈ ਇੰਟਰਨੈਸ਼ਨਲ ਟੂਰ ਕੱਢ ਕੇ ਆਵਾਂ ਪਰ ਜੇ ਹੁਣ ਜਾਵਾਂਗੇ ਟੂਰ ਕੱਢਣ ਤਾਂ ਇਕੱਲੇ ਨਹੀਂ ਜਾਵਾਂਗੇ ਨਾਲ ਤੁਹਾਡੀ ਭਾਬੀ ਨੂੰ ਲੈ ਕੇ ਜਾਣਾ ਪੈਣਾ ਕੋਈ ਇਕੱਲੇ ਤਾਂ ਮੈਂ ਪਹਿਲਾਂ ਵੀ ਜਾ ਵੜਿਆ ਵਾਂ ਤਾਂ ਫਿਲਹਾਲ ਹੁਣ ਆਪਾਂ ਖੁਸ਼ ਹਾਂ ਬਾਰਾਂ ਕੁ ਵਜੇ ਬਣ ਜੂਗਾ
ਪਏ ਆ, ਘੱਟੋ ਘੱਟ 10 ਘੰਟੇ ਪਏ ਆ, 10 ਘੰਟੇ ਪਹਿਲਾਂ ਮੈਂ ਪੰਗੇ ਲੈਣ ਲੱਗ ਗਿਆ ਵਾਂ ਕਿ ਮੈਂ ਬਹੁਤ ਖੁਸ਼ ਹਾਂ, ਮੈਂ ਮੂੰਹੋਂ ਬੋਲ ਰਿਹਾ, ਮੂੰਹੋਂ ਦੇਖ ਲਓ, ਕੋਈ ਡਰ ਨਹੀਂ, ਰਿਫੰਡ ਪੂਰਾ ਮਿਲ ਜੂ ਮੈਨੂੰ, ਨਹੀਂ 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 ਪੂਰਾ ਰਿਫੰਡ ਥੋੜੀ ਮਿਲਦਾ ਹੁੰਦਾ, ਹੁੰਦਾ ਕੀ ਹੈ, ਹੈਂ ਉਹੀ ਤਾਂ ਗੱਲ ਆ ਨਾ ਫਿਰ, ਮੈਂ ਤਾਂ ਰਿਫੰਡ ਦੀ ਤਾਂ ਗੱਲ ਹੀ ਨਹੀਂ ਕਰਦਾ, ਮੈਂ ਗੱਲ ਕਰਦਾ ਮੈਂ ਖੁਸ਼ ਹਾਂ, ਗੱਲ ਆ ਕੇ ਮੌਕੇ ਨਹੀਂ, ਮੈਂ ਖੁਸ਼ ਹਾਂ, ਮੇਰੀ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਹੋਟਲ ਤੋਂ, ਫਿਰ ਤੁਹਾਨੂੰ ਫਿਰ ਖੁਸ਼ੀ ਤੇਰੀ ਘੱਟ ਕਰਾਂ ਮਾਰ ਕੇ ਚੱਲੋ, ਕੋਈ ਗੱਲ ਨਹੀਂ, ਜਿਹੜੀ ਮੇਰੀ ਖੁਸ਼ੀ ਮਹੀਨੇ ਲਈ ਚਲੀ ਜਾਣੀ ਉਹ ਅੱਜ ਫਿਰ ਤੁਹਾਡੀ ਖੁਸ਼ੀ ਇੱਕਦਮ ਤੋਂ ਤੁਸੀਂ ਮਹੀਨੇ ਤੱਕ, ਮਤਲਬ ਸਿੱਧੀ ਸਾਫ ਗੱਲ, ਹਾਂ ਕੀ ਕਰਾਂ ਹੁਣ, ਠੀਕ ਹੈ ਤੁਸੀਂ ਮਤਲਬ ਸ਼ਾਪਿੰਗ ਦੇ ਨਾਂ ਤੇ ਹੁਣ ਮੇਰੀ ਖੁਸ਼ੀ ਚੀਨ ਰਹੇ ਹੋ, ਕੋਈ ਗੱਲ ਨਹੀਂ ਖੋਲੋ ਜਿਹੜੀ, ਪਰ ਇਹ ਖੁਸ਼ੀ ਹੈ ਤਾਂ ਰਹਿਣੀ ਆ, ਵਿਆਹ ਕਰਦਾ ਹੁਣ ਠਹਿਰ ਨਾ ਜਾਇਓ, ਜਲ ਸੋ ਰਹੇ ਹੋ, ਮੈਂ ਭਾਈ ਅੱਖਾਂ ਉੱਖਾਂ ਬੰਦ ਕਰਕੇ ਸਕੂਨ ਚ ਗੱਲਾਂ ਕਰ ਰਿਹਾ, ਪਤਾ ਨੀ ਕਿਉਂ ਵਧੀਆ ਲੱਗ ਰਿਹਾ, ਠੀਕ ਆ ਤੇ ਚਲੋ ਬਾਈ ਹੁਣ ਆਪਾਂ ਚੱਲਦੇ ਹਾਂ ਸ਼ੋਪਿੰਗ ਕਰਨ, ਬੀ ਹੈਪੀ ਆਲਵੇਸ, ਚਲੋ ਬਾਈ ਹੁਣ ਚੱਲੀਏ ਬਾਜ਼ਾਰ, ਜੋ ਵੀ ਸ਼ੋਪਿੰਗ ਕਰਨੀ ਆ, ਬਾਕੀ ਆਦਾ ਚੈਲੇਂਜ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਟਾਈਟਲ ਤੁਹਾਨੂੰ ਪਤਾ ਲੱਗ ਹੀ ਗਿਆ ਦੇਖ ਕੇ ਕੀ ਰਹਿਣ ਵਾਲਾ, ਹਨਾ ਸਟਾਰਟਿੰਗ ਹੋ ਗਈ ਆ, ਮੈਨੂੰ ਪਤਾ ਨੀ ਲੱਗਾ ਕਿੰਨੇ ਟਾਈਮ ਦਾ ਘਰ ਹੀ ਬਣ ਗਿਆ ਵਲੌਗ, ਤੇ ਚਲੋ ਚੱਲੀਏ ਫਿਰ, ਲਾਸਟ ਕੁਝ ਵੀ ਹੋ ਸਕਦਾ, ਕਿਉਂਕਿ ਵਲੌਗ ਇਹ ਹਾਸੇ ਵਾਲਾ ਵਾ ਤੇ ਬਰਦਾਸ਼ਤ ਨਹੀਂ ਹੋ ਸਕਦਾ, ਕਈ ਵਾਰੀ ਹਾਸਾ ਹੋ ਸਕਦਾ, ਮੁੱਕੀ ਮੱਕੀ ਵੀ ਪੈ ਸਕਦੀ ਹੈ ਮੇਰੇ ਢੂਹੀ ਢਾਈ ਤੇ, ਤਾਂ ਕਰਕੇ ਥੋੜ੍ਹਾ ਜਿਹਾ ਸਾਵਧਾਨ ਰਹੇ, ਸਤਰਕ ਰਹੇ, ਮਿਲਦੇ ਹੈਂ ਬਾਜ਼ਾਰ ਮੈਂ ਜਾ ਕਰ, ਲਓ ਬਾਈ ਕਹਿੰਦੇ ਆ ਹੋ ਗਈ ਸਿਲੈਕਟ, ਅਤੇ ਇੱਧਰੋਂ ਹੁਣ ਦੇਖ ਰਹੇ ਹਾਂ ਕਿਹੜੀ ਕਰਨੀ ਆ, ਕਿਹੜਾ ਵਧੀਆ ਰੰਗ, ਆਹ ਵੀ ਸੋਹਣੀ ਹੈ ਨਾ, ਭੜਕੀਲਾ ਰੰਗ, ਚੱਲਦੇ ਪਾਉਂਦੇ ਲੋਕੀ, ਦੇਖੋ ਬਾਈ ਹਨਾ ਹੁਣ ਸ਼ੋਪਿੰਗ ਕਰਨ ਆਏ ਸੀਗੇ ਆਪਦੇ ਲਈ, ਪਰ ਕੀ ਹੋਇਆ ਓਪੋਜ਼ਿਟ ਹੋ ਗਿਆ, ਇੱਥੇ ਕਰਨ ਫਿਰ ਮੈਂ ਆਪਦੇ ਲਈ ਲੱਗ ਗਿਆ, ਹੋਈ ਜਾਂਦਾ ਬਾਈ, ਤੇ ਹੁਣ ਫਿਰ ਇਹਨਾਂ ਦੀ ਵਾਰੀ ਆ ਗਈ ਸੀਗੀ, ਟਰਨ ਵੀ ਦੇਣੀ ਜ਼ਰੂਰੀ ਆ, ਤੇ ਫਿਰ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਸਿੱਧਾ ਮਾੜਾ ਮੋਟਾ ਖਾਣ ਨੂੰ ਕੁਝ ਲੈਣਾ ਵਾ, ਮਤਲਬ ਜਾਣਾ ਕੱਲ੍ਹ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿੰਨੇ ਦਿਨ ਲਈ ਜਾਣਾ ਵਾ, ਮਤਲਬ 30 ਦਿਨ ਲਈ ਜਾਣਾ, 30 ਦਿਨ ਲਈ, 60 ਦਿਨ ਲਈ ਕਹਿ ਸਕਦੇ ਹਾਂ, 2 ਮਹੀਨਿਆਂ ਲਈ ਜਾਣਾ ਵਾ, ਤਾਂ ਕਰਕੇ ਆਈ ਐਮ ਵੈਰੀ ਹੈਪੀ, ਮੇਨ ਗੱਲ ਹੈ ਜਿਹੜੀ, ਹਾਂਜੀ ਕਿਵੇਂ ਕੀ ਸੁਣਿਆ ਜੀ ਤੁਹਾਨੂੰ, ਨਹੀਂ ਮੈਂ ਕਿਹਾ ਆਈ ਐਮ ਵੈਰੀ ਸੈਡ ਕਿ ਤੁਸੀਂ 30 ਤੋਂ 60 ਦਿਨਾਂ ਲਈ ਜਾ ਰਹੇ ਹੋ, ਤਾਂ ਕਰਕੇ ਮੈਂ ਬੜਾ ਉਦਾਸ ਹਾਂ, ਅਤੇ ਚਲੋ ਬਾਈ ਹੁਣ ਆਪਾਂ ਇੱਥੋਂ ਡਨ ਕਰਕੇ ਫਿਰ ਹਮ ਚਲਤੇ ਹੈ ਸਿੱਧਾ ਕੁਝ ਖਾਣੇ ਕੇ ਲਈ, ਕੁਝ ਖਾਣ ਲਈ ਲੈਣ ਚੱਲਦੇ ਹਾਂ ਬਾਈ, ਸਿੱਧੀ ਸਾਫ ਗੱਲ ਹੈ, ਚਲੋ ਚੱਲੀਏ, ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਮੈਂ ਕਿਹਾ ਅੱਜ ਦਿਨ ਬੜਾ ਦੁੱਖ ਆ, ਤੇ ਕੱਲ ਹੋਰ ਦੁੱਖ ਹੋਊਗਾ, ਪਰਸੋਂ ਹੋਰ ਦੁੱਖ ਹੋਊਗਾ, ਮੈਂ ਇਹ ਕਹਿਣਾ ਚਾਹ ਰਿਹਾ ਹਾਂ ਤੁਹਾਨੂੰ, ਫਿਰ ਗਲਤ ਸੁਣਾਈ ਦੇ ਰਿਹਾ ਹੁਣ ਮੈਂ ਕੀ ਕਰ ਸਕਦਾ ਇਹ 'ਚ, ਬਟ ਮੈਂ ਬੋਲ ਰਿਹਾ ਵਾਂ ਕਿ ਅੱਜ ਦਿਨ ਬੜਾ ਹੀ ਦੁੱਖ ਵਾਲਾ ਸੱਜਣਾ, ਅੱਜ ਬੜਾ ਹੀ ਦਿਨ ਦੁੱਖ ਵਾਲਾ ਸੱਜਣਾ, ਅਜੇ ਖਰਾਬ ਹੋ ਗਏ, ਮੈਂ ਸੀਰੀਅਸਲੀ ਦੱਸਾਂ, ਮੈਂ ਵੈਸੇ ਹਾਂ ਹਾਂ ਨਾ 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 ਮਤਲਬ ਹਾਂ
ਹਾਂ ਹੁੰਦਾ ਨਾ ਹੁੰਦਾ ਵਾ ਹੁਣ ਖੁਸ਼ੀ ਵਿੱਚ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ, ਹਾਂ ਕਹਿੰਦੇ ਹੁੰਦੇ ਆ ਮੇਰੇ ਹਿਸਾਬ ਨਾਲ, ਬਚਨ ਲਈ ਕਹਿੰਦੇ ਹੁੰਦੇ ਆ, ਬਚਨ ਲਈ ਹਾਂ ਕਹਿੰਦੇ ਹੁੰਦੇ ਆ, ਪਤਾ ਨਹੀਂ ਯਾਰ ਹੁਣ ਕੰਫਿਊਜ਼ ਹੋਇਆ ਹਾਂ, ਅਤੇ ਕੁੱਟ ਨਾ ਪੈਣੀ ਹੋਵੇ ਫਿਰ ਨਾ ਕਹਿੰਦੇ ਹੁੰਦੇ ਆ, ਪਤਾ ਨਹੀਂ ਬਾਈ ਕਿੱਦਾਂ ਗੱਲ ਕਿੱਧਰ ਨੂੰ ਜਾ ਵੜੀ। ਮੇਨ ਗੱਲ ਐਂ ਬੜੀ ਖੁਸ਼ੀ ਆ, ਪਤਾ ਹੀ ਲੱਗ ਰਿਹਾ ਹਾਂ ਨਾ ਦਾ ਜਵਾਬ ਕਿਵੇਂ ਦੇਣਾ ਵਾ, ਐਕਸਪਲੇਨ ਹੀ ਨਹੀਂ ਕੀਤਾ ਜਾ ਰਿਹਾ ਹੈਗਾ। ਕਿਵੇਂ ਫੀਲ ਹੋ ਰਿਹਾ ਫਿਰ ਤੁਹਾਨੂੰ, ਤੁਸੀਂ ਜਾ ਰਹੇ ਹੋ? ਹਾਂ ਮੈਨੂੰ ਮੈਨੂੰ ਐਂ ਲੱਗ ਰਿਹਾ, ਮੈਨੂੰ ਜ਼ਿਆਦਾ ਵਧੀਆ ਲੱਗ ਰਿਹਾ ਹੈ। ਸਿਰਫ ਕੁਝ ਦਿਨਾਂ ਲਈ, ਤੁਸੀਂ ਤਾਂ ਐਂ ਕਹਿ ਰਹੇ ਹੋ ਕਿ ਮੈਂ ਅਲੱਗ ਹੋ ਰਹੀ ਹਾਂ, ਜਿਵੇਂ ਤੁਸੀਂ ਬਾਹਰ ਜਾ ਰਹੇ ਹੋ ਤਿੰਨ ਚਾਰ ਸਾਲਾਂ ਲਈ। ਮੇਰੀ ਨਹੀਂ ਸ਼ੋਪਿੰਗ ਕਰ ਰਹੇ, ਅਸਲ ਵਿੱਚ ਤੁਸੀਂ ਆਪਦੀ ਸ਼ੋਪਿੰਗ ਕਰ ਰਹੇ ਹੋ, ਜਿਹੜੀਆਂ ਚੀਜ਼ਾਂ ਚਾਹੀਦੀਆਂ ਵਾ ਖਾਣ ਪੀਣ ਲਈ ਉਹ ਲੈ ਰਹੇ ਆ, ਅਤੇ ਕਾਫੀ ਕਾਫੀ ਕੁਝ ਪਿਆ ਨਾ ਪੈਰੀ ਪੈਰੀ, ਜਿਵੇਂ ਹੁਣ ਕਾਫੀ ਆਪਾਂ ਮੈਗੀ ਵਗੈਰਾ ਬਣਾਉਣੀ ਆ ਤਾਂ ਇਹ ਚੀਜ਼ਾਂ ਐਡ ਕਰ ਸਕਦੇ ਹਾਂ, ਲੈ ਕੇ ਜਾਵਾਂ ਐਕਸਪੈਰੀਮੈਂਟ ਕਰਾਂ ਘਰੇ ਜਾ ਕੇ। ਤੁਸੀਂ ਮੰਨਦੇ ਨਹੀਂ ਸੀਗੇ, ਤੁਸੀਂ ਖਿਝ ਰਹੇ ਹੋ, ਹੁਣ ਤੁਸੀਂ ਪਿਛਲੀ ਕਲਿੱਪ ਵਿੱਚ ਸ਼ਾਇਦ ਆਇਆ ਹੋਵੇ ਜਾਂ ਨਾ ਹੋਇਆ ਹੋਵੇ, ਪਰ ਤੁਸੀਂ ਮੇਰੇ ਗਿਣਤੀ ਦੀਆਂ ਤਿੰਨ ਮੁੱਕੀਆਂ ਮਾਰਤੀਆਂ। ਹਾਂ ਨਾ 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 ਮਤਲਬ ਹਾਂ ਬਾਕੀ ਤੁਸੀਂ ਆਪ ਦੇਖ ਲੈ, ਕਾਹ ਲੈ ਲਿਓ ਕੋ ਲੈ ਲਓ, ਗੱਲ ਖਤਮ ਕਰੋ। ਬਾਲਾ ਬਾਲਾ ਲੜੀ ਦਾ ਨਹੀਂ ਹੁੰਦਾ, ਦੋਨੇ ਟੇਸਟ ਟਰਾਈ ਕਰ ਲਈ ਹੁੰਦੇ ਆ। ਯੋ ਬੇਬੀ ਗੋ, ਕਹਿੰਦੇ ਮੁੰਡੇ ਚੱਲਿਆ ਲੁਧਿਆਣੇ ਤੇ ਰੈਡੀ ਸ਼ੈਡੀ ਤਾਂ ਚਲੋ ਸੀਗੇ, ਹਰਸ਼ ਝੂਠ ਬੋਲ ਕੇ, ਹਰਸ਼ ਕਹਿੰਦਾ ਪਹਿਲਾਂ ਆਪਾਂ ਘਰੇ ਚੱਲਿਆ ਕੈਮਰਾ ਲੈ ਕੇ ਆਉਣਾ ਵਾ, ਕੈਮਰੇ ਦਾ ਬਹਾਨਾ ਲਾ ਕੇ ਪਰ ਕੈਰੀ ਘਰੇ ਲਿਆ ਆ, ਕੈਰੀ ਘਰੇ ਤੋਂ ਬਾਅਦ ਹੁਣ ਆਪਾਂ ਆਗੇ ਹਰਸ਼ ਘਰੇ, ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਬਾਈ ਸਿੱਧਾ ਮੋਟਰਸਾਈਕਲ ਹਰਸ਼ ਮੇਰੇ ਨਾਲ ਲੈ ਆਂਦਾ ਵਾ। ਤੈਨੂੰ ਕਿਹੜਾ ਘੈਂਟ ਲੱਗਦਾ, ਆਪਣਾ ਹਰਾ ਜਾਂ ਇਹ ਵਾਲਾ? ਇਹ ਵਾਲਾ ਮੈਂ ਵੀ ਇਹੀ ਕਹਿ ਰਿਹਾ, ਮੈਨੂੰ ਇਹ ਵਧੀਆ ਲੱਗਦਾ ਵਾ, ਪਰ ਕੈਰੀ ਕਹਿੰਦਾ ਮੈਨੂੰ ਦੂਜਾ ਲੱਗਦਾ। ਬੜਾ ਘੈਂਟ ਆ, ਮੈਂ
ਮੈਂ ਉਹੀ ਦੱਸ ਰਿਹਾ ਮੈਂ ਕਿਹਾ ਬਾਈ ਪਾਰਟੀ ਹੋ ਗਈ ਅਰਸ਼ ਵੱਲ ਨਵਾਂ ਮੋਟਰਸਾਈਕਲ ਆ ਗਿਆ ਵਾ ਉਹ ਤੂੰ ਤੇਰੀ ਅਜੇ ਪੈਸੇ ਨਹੀਂ ਦਿੱਤੇ ਜਾਂਦੇ ਫਿਰ ਅੱਛਾ ਚਲ ਕੋਈ ਚੱਕਰ ਨਹੀਂ ਪੈਸੇ ਦੇ ਦੇ ਫਿਰ ਪਾਰਟੀ ਲੈ ਲਾਂਗੇ ਨਹੀਂ ਯਾਰ ਦੇ ਤੂੰ ਅੱਛਾ ਕਹਿੰਦੇ ਜੀ ਬੁੱਟਰ ਹੁਣੀ ਪੂਰੇ ਤਿਆਰ ਆ ਕਹਿੰਦੇ ਹੁਣ ਨਹੀਂ ਹਟਦੇ ਬੁੱਟਰ ਕਹਿੰਦਾ ਅੱਜ ਤਾਂ ਮੈਂ ਜਿੱਤੂ ਚੈਲੰਜ ਕਹਿੰਦੇ ਆਹ ਬੰਦਾ ਕਹਿੰਦਾ ਮੈਂ ਵੀ ਚੈਲੰਜ ਜਿੱਤਣਾ ਅਮਨ ਤੂੰ ਵੀ ਜਿੱਤਣਾ ਚਾਹੁੰਦਾ ਵੀ ਚੈਲੰਜ ਓਏ ਹਾਂ ਵੀ ਸੋਹਣਿਆ ਕਿਵੇਂ ਆ ਵਧੀਆ ਵਾ ਲੱਗ ਨਹੀਂ ਰਿਹਾ ਤੂੰ ਪੱਕ ਕਿਉਂ ਨਹੀਂ ਬੰਨਦਾ ਗਾ ਇਹਨੇ ਸੋਹਣਿਆਂ ਨੂੰ ਕਿਹਾ ਸੀਗਾ ਤੈਨੂੰ ਨਿਕਾਲੀ ਉਹ ਦੇ ਬਾਈ ਉਹਦੇ ਆ ਸ਼ੀਸ਼ਾ ਖੋਲਾ ਤੇ ਪੇੜ ਮਾਰ ਖੋਲਤਾ ਖੋਲਤਾ ਬਾਈ ਚਪੇੜਾ ਮਾਰੇਗਾ ਅੱਜ ਦੇ ਵਾਹ ਓਏ ਕੈਰੀ ਇੰਨੀ ਯਾਰ ਤੂੰ ਜਵਾਬ ਦੀ ਆਹ ਕੀ ਹੋਇਆ ਸੀ ਇਹ ਵੀ ਜੇੜ ਰਿਹਾ ਓਏ ਥੋੜੀ ਦੋਨਾਂ ਦੀ ਇੱਥੇ ਖੜੋ ਪਿੱਛੇ ਹੋ ਕੇ ਖੜੋ ਇਹਨਾਂ ਦੋਨਾਂ ਦੀ ਮੈਂ ਉਹ ਨਿੱਕੇ ਹੁੰਦਾ ਸੀ ਵੀਡੀਓ ਆ ਮਤਲਬ ਉਹ ਬੜੀ ਪਿਆਰੀ ਵੀਡੀਓ ਆ ਦੋਨਾਂ ਦੀ ਤੇ ਹੁਣ ਤਾਂ ਇਹ ਬਹੁਤ ਵਧੀਆ ਹੁਣ ਤਾਂ ਬਹੁਤ ਸਿਆਣਾ ਹੋ ਗਿਆ ਨਹੀਂ ਸਹੀ ਪਾਈ ਆ ਮੈਂ ਜੈਨੂਨ ਪਾਈ ਆ ਜੈਨੂਨ ਜਿੱਥੇ ਤੁਸੀਂ ਜਮਾਂ ਲੜਦੇ ਨਹੀਂ ਉਹ ਪਾਈ ਆ ਸਹੀ ਹੈ ਨਾ ਹੁਣ ਤਾਂ ਸਿਆਣਾ ਹੋ ਗਿਆ ਯਾਰ ਮੁੰਡਾ ਹਾਂਜੀ ਉਹ ਕਿਵੇਂ ਝਾਗਦਾ ਮੇਰੇ ਕੋਲ ਚਾਹੇ ਘਟਾ ਪਿਆ ਹੁੰਦਾ ਨਹੀਂ ਯਾਰ ਆ ਦੇ ਲਾ ਮੈਂ ਨਹੀਂ ਤੁਹਾਨੂੰ ਛੇੜਦਾਗਾ ਮੈਂ ਜਮਾਂ ਨਹੀਂ ਛੇੜਦਾ ਇਹ ਬੰਦਾ ਛੇੜਦਾ ਵਾ ਉਹਨੇ ਲੋਕ ਖੋਲਿਆ ਆ ਆ ਤੇ ਮੈਂ ਨੱਪੀ ਜਾਂਦਾ ਆ ਬੜ ਉਹ ਦੇ ਉਹ ਦੇ ਉਹ ਦੇ ਉਹ ਦੇ ਆ ਫੋਨ ਹਰਸ਼ਾ ਦੇ ਕੇ ਆ ਹਰਸ਼ਾ ਫੋਨ ਦੇ ਕੇ ਆਓ ਜਾ ਕੇ ਭੱਜ ਕੇ ਬਾਈ ਪੂਰੇ ਪੰਗੇ ਲੈ ਰਹੇ ਆ ਓਏ ਇਹ ਗੱਲ ਸੱਚ ਹੈ ਇਹ ਕਮਾ ਆ ਕੀ ਕਹਿ ਰਿਹਾ ਓਏ ਮੰਨੀ ਲੈਣੀ ਹੁਣ ਤਾਂ ਪੌਂਦਾ ਤੈਨੂੰ ਨੀ ਦੇ ਦੂਗਾ ਸਾਰਿਆਂ ਤੂੰ ਅੰਡਰਵੀਅਰ ਦੇ ਦਿੱਤਾ ਓਏ ਬਨਾਨਾ ਬੁਆਏ ਬਨਾਨਾ ਬੁਆਏ ਕੱਚੀ ਲਿਖਿਆ ਜਿਹੜਾ ਉਹ ਨਾ ਰੱਖਦਾ ਤੇਰਾ ਕੱਚਾ ਹੁਣ ਕੱਚਾ ਕਿਉਂ ਹੋ ਰਿਹਾ ਉਹ ਸਾਰਾ ਜਵਾਕ ਹੀ ਕੱਚਾ ਕਰੀ ਜਾ ਰਿਹਾ ਮਾਰ ਚੱਕ ਕੇ ਕਿਰਪਾਨ ਨੂੰ ਪਤਾ ਲੱਗੇ ਗੁਰਸਿੱਖ ਬੰਦੇ ਦੇ ਸਾਹਮਣੇ ਬੋਲ ਰਿਹਾ ਇਹ ਮੈਂ ਹੈ ਨਹੀਂ ਸੀ ਉਦੋਂ ਮੈਨੂੰ ਨੀ ਪਤਾ ਗਾ ਸੋਚ ਲਾ ਇੱਧਰ ਆ ਸ਼ੀਸ਼ੇ ਜਾ ਕੇ ਬੋਲ ਨਹੀਂ 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 ਰਹਿਣ ਤੇ ਬਾਹਰ ਨਹੀਂ ਜਾਣਾ ਗਾ ਆ ਸ਼ੀਸ਼ੇ ਜਾ ਕੇ ਬੋਲ ਹਾਂ ਇਹਨਾਂ ਭਰਾ ਮਰ ਚਲ ਗਿਆ ਉਹਦੇ ਨਾਲ ਬਾਂਦਰ ਸੀਗੇ ਹਾਂ ਉਹਨੇ ਤਾਂ ਚਪੇੜੇ ਲਾ ਲੱਗ ਗਏ ਅੱਛਾ ਕਿਹੜਾ ਕਿਹੜਾ ਨਿੱਕਾ ਬਾਂਦਰ ਕਿੰਨੇ ਕ ਮਾਰ ਲਿਆ ਨਿੱਕੇ ਬਾਂਦਰ ਚਪੇੜਾ ਖਾਇਆ ਸੋਚ ਲਈ ਇਹਨਾਂ ਨੂੰ ਐਵੇਂ ਜਿਵੇਂ ਸਟਿਕ ਚ ਕੋਕ ਮਿਕਸ ਕੀਤੀ ਹੋਵੇ
ਜਿਹਦੀ ਬੇਇੱਜ਼ਤੀ ਹੁੰਦੀ ਉਹਨੂੰ ਐਂ ਲੱਗਦਾ ਹੁੰਦਾ ਕਿ ਗੱਲ ਨੀ ਬਣ ਰਹੀ। ਦੇਖ ਲਾ ਦੇਖ ਲਾ ਬਾਈ, ਜਿਹੜਾ ਖਜੋਨ ਵਿੱਚ ਸਵਾਦ ਆ ਰਿਹਾ ਉਹਦੀ ਪੁੱਛੋ ਨਾ ਕਿੰਨਾ ਆ ਰਿਹਾ। ਮਤਲਬ ਇੱਕ ਅਲੱਗ ਲੈਵਲ ਜਿਹੀ ਤਿਆਰ ਰਿਹਾ ਵਾ ਕਿ ਮੈਂ ਦਿਖਾ ਰਿਹਾ ਕਿ ਮੈਂ ਬਹੁਤ ਖੁਸ਼ ਹਾਂ, ਮਤਲਬ ਦਿਖਾ ਨਹੀਂ ਰਿਹਾ ਹੈਗਾ। ਤੁਸੀਂ ਸਮਝ ਹੀ ਗਏ ਹੋ, ਤੁਹਾਨੂੰ ਸਮਝਾਉਣ ਦੀ ਲੋੜ ਹੀ ਨਹੀਂ, ਮਜ਼ਾਕ ਕਰ ਰਿਹਾ ਬਾਈ। ਅਤੇ ਚਲੋ ਹੁਣ ਆਪਾਂ ਸਿੱਧਾ ਕੱਲ੍ਹ ਨੂੰ ਮਿਲਦੇ ਹਾਂ, ਅਤੇ ਕੱਲ੍ਹ ਨੂੰ ਫਿਰ ਆਪਾਂ ਦੇਖਦੇ ਹਾਂ ਕੀ ਬਣਦਾ ਵਾ। ਬਚਦੇ ਹਾਂ ਨਹੀਂ ਬਚਦੇ, ਵੈਸੇ ਤਾਂ ਅੱਜ ਦੋ ਤਿੰਨ ਮੁੱਕੀਆਂ ਪੈ ਗਈਆਂ ਵਾ। ਮੈਨੂੰ ਐਂ ਲੱਗਦਾ ਮੈਂ ਜੇ ਲਗਾਤਾਰ ਖਿਜਾਈ ਗਿਆ ਫਿਰ ਮੇਰੇ ਚਪੇੜਾਂ ਪੱਕੀਆਂ ਹੀ ਆ। ਚਲੋ ਕੋਈ ਚੱਕਰ ਨਹੀਂ ਗਾ, ਅਤੇ ਹੁਣ ਆਪਾਂ ਕੱਲ੍ਹ ਨੂੰ ਮਿਲਦੇ ਹਾਂ।